ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਪਿੰਡਾਂ ਚ ਹੋ ਰਹੀ ਮਾਈਨਿੰਗ ਤੋਂ ਤੰਗ ਆ ਕੇ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਨੂੰ ਪਿੰਡ ਦਾ ਦੌਰਾ ਕਰਨ ਨੂੰ ਸੱਦਿਆ, ਜਿਸ ਦੌਰਾਨ ਉਹਨਾਂ ਨੂੰ ਉੱਥੇ ਚੱਲ ਰਹੇ ਸਰਕਾਰੀ ਜ਼ਮੀਨ ਤੇ ਨਜਾਇਜ਼ ਮਾਈਨਿੰਗ ਦੇ ਕੰਮ ਬਾਰੇ ਦੱਸਿਆ ਗਿਆ, ਜਿਸ ਕਾਰਨ ਹੜ੍ਹਾਂ ਦਾ ਪਾਣੀ ਪਿੰਡਾਂ ਵੱਲ ਆ ਰਿਹਾ ਸੀ। ਇਸ ਦੌਰਾਨ ਉੱਥੇ ਮੌਜੂਦਾ ਸਰਕਾਰ ਦੇ ਜ਼ਿਲ੍ਹਾ ਪ੍ਰਧਾਨ ਨੇ ਨਦੀਆਂ ਤੇ ਦਰਿਆਵਾਂ ਦੇ ਨਾਲ ਲੱਗਦੀ ਸਰਕਾਰੀ ਜ਼ਮੀਨ ਪਿੰਡਾਂ ਤੇ ਪੰਚਾਇਤਾਂ ਨੂੰ ਦੇਣ ਦੀ ਗੱਲ ਕਹੀ ਤਾਂ ਜੋ ਮਾਈਨਿੰਗ ਤੇ ਕੰਮ ਪਾਇਆ ਜਾ ਸਕੇ। ਇਹਦੇ ਵਿੱਚ ਆ ਮਾਈਨਿੰਗ ਇੱਥੇ, ਮੈਂ ਕਹਿੰਦਾ ਪਿੰਡ ਵਾਲੀ ਪੰਚਾਇਤਾਂ ਨੂੰ ਮੇਰੇ ਹਿਸਾਬ ਨਾਲ ਇੱਕ ਇਹ ਮਸਲਾ ਹੋਣਾ ਚਾਹੀਦਾ ਕਿ ਪਿੰਡ ਦੀਆਂ ਪੰਚਾਇਤਾਂ ਨੂੰ ਜਿੱਥੇ ਜਿੱਥੇ ਉਹਨਾਂ ਦੀ ਨਦੀ ਲੱਗਦੀ ਆ, ਜਿੱਥੇ ਜਿੱਥੇ ਪਿੰਡ ਦੀਆਂ ਪੰਚਾਇਤਾਂ ਦਾ ਆਪਣਾ ਕੀ ਕਹਿੰਦੇ ਮਾਹੌਲ ਆ, ਉਹਨਾਂ ਨੂੰ ਮਾਈਨਿੰਗ ਦੀ ਪਰਮਿਸ਼ਨ ਦੇਣੀ ਚਾਹੀਦੀ ਆ। ਘੱਟੋ ਘੱਟ ਪੰਚਾਇਤ ਰਾਇਲਟੀ ਸਰਕਾਰ ਨੂੰ ਦੇ ਦੇ, ਕੋਈ ਨਾ ਕੋਈ ਸਰਕਾਰ ਨੂੰ ਪੋਲਿਸੀ ਲੈ ਕੇ ਆਉਣੀ ਚਾਹੀਦੀ ਆ ਜਿਹਦੇ ਅੰਦਰ ਜਿਹੜੀ ਮਾਈਨਿੰਗ ਆ ਉਹ ਪੰਚਾਇਤ ਵਾਲੇ ਕਰ ਸਕਣ। ਘੱਟੋ ਘੱਟ ਸਰਪੰਚ ਉੱਥੋਂ ਦੇ ਜਿਨ੍ਹਾਂ ਦੇ ਕੋਲੋਂ ਦੀ ਆਪਣਾ ਉਹ ਸਰਪੰਚ ਜਦੋਂ ਪੁੱਟਦਾ ਵਾ ਆਪਣਾ ਕੀ ਕਹਿੰਦੇ ਇੱਕ ਟਰਾਲੀ, ਉਹਦੇ ਵਿੱਚ ਤਾਂ ਤੁਸੀਂ ਉਹਨੂੰ ਫਾਈਨ ਕਰ ਦਿੰਦੇ ਹੋ, ਤਾਂ ਇੱਥੇ ਇਲੀਗਲ ਮਾਫੀਆ ਪਤਾ ਨਹੀਂ ਕਿੰਨੀਆਂ ਪੁੱਟ ਜਾਂਦਾ ਵਾ। ਸੋ ਮੇਰੀ ਇਹੀ ਬੇਨਤੀ ਆ ਵੀ ਸਰਪੰਚਾਂ ਨੂੰ ਇਸ ਮਾਈਨਿੰਗ ਪਾਲਿਸੀ ਦੇ ਵਿੱਚ ਹਿੱਸਾ ਬਣਾਇਆ ਜਾਵੇ। ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਆਏ ਜ਼ਿਲ੍ਹੇ ਦੇ ਡੀਸੀ ਨੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਜਦੋਂ ਵੀ ਉਹਨਾਂ ਨੂੰ ਮਾਈਨਿੰਗ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਹਨਾਂ ਵੱਲੋਂ ਕਾਰਵਾਈ ਕੀਤੀ ਜਾਂਦੀ ਹੈ ਤੇ ਇਸ ਵੇਲੇ ਸਭ ਤੋਂ ਜ਼ਰੂਰੀ ਹੈ ਕਿ ਹੜ੍ਹ ਪੀੜਤ ਲੋਕਾਂ ਦੀ ਮਦਦ ਕੀਤੀ ਜਾਵੇ। ਤੁਹਾਨੂੰ ਦੱਸਿਆ ਵੀ ਇਲੀਗਲ ਮਾਈਨਿੰਗ 12 ਘੰਟੇ 24 ਦਿਨ ਲਗਾਤਾਰ ਚੱਲ ਰਹੀ ਹੈ। ਮੈਂ ਇਹਦੇ ਵਿੱਚ 12 ਘੰਟੇ 24 ਦਿਨ ਇਹ ਤਾਂ ਨਹੀਂ ਕਿਹਾ ਹੈਗਾ, ਬਟ ਇਹਨਾਂ ਨੇ ਜ਼ਰੂਰ ਇਹ ਕਿਹਾ ਹੈਗਾ ਕਿ ਇੱਥੇ ਇਲੀਗਲ ਮਾਈਨਿੰਗ ਹੁੰਦੀ ਹੈ ਔਰ ਲੋਕ ਜਿਹੜੇ ਕਿਸ਼ਤੀ ਦੇ ਵਿੱਚ ਦੇ ਕੇ ਲੈ ਕੇ ਜਾਂਦੇ ਹੈਗੇ। ਇਸ ਦੇ ਵਿੱਚ ਕੋਈ ਡਾਊਟ ਨਹੀਂ ਕਿ ਜਿਹੜਾ ਸਾਡਾ ਫੋਕਸ ਡਿਸਟ੍ਰਿਕਟ ਲੈਵਲ 'ਤੇ ਰਹਿੰਦਾ ਹੈ ਉਹ ਰਹਿੰਦਾ ਜਿਹੜਾ ਵੱਡੇ ਲੈਵਲ 'ਤੇ ਇਲੀਗਲ ਮਾਈਨਿੰਗ ਕਿਸ਼ਤੀਆਂ 'ਤੇ ਜਾਂ ਕੋਈ ਛੋਟੇ ਗੱਡੇ ਦੇ ਕੋਈ ਲੈ ਕੇ ਜਾਂਦਾ, ਸਾਡਾ ਉਹਦੇ 'ਤੇ ਫੋਕਸ ਨਹੀਂ ਰਹਿੰਦਾ ਅਤੇ ਅਸੀਂ ਮੰਨਦੇ ਵੀ ਹੈਗੇ। ਬਟ ਮੈਂ ਇਹਨਾਂ ਨੂੰ ਇਹੀ ਰਿਕੁਐਸਟ ਕੀਤੀ ਕਿ ਸਾਡਾ ਹੈਲਪਲਾਈਨ ਨੰਬਰ ਹੈਗਾ, ਤੁਸੀਂ ਕੰਪਲੇਂਟ ਕਰੋ, ਸਿਰਫ ਥੱਲੇ ਲੈਵਲ ਤੱਕ ਨਾ ਰੱਖੋ, ਸਾਡੇ ਤੋਂ ਦੱਸੋ ਤਾਂ ਕਿ ਕੋਈ ਵੀ ਕਿਸਮ ਦੀ ਕੋਈ ਪ੍ਰੋਬਲਮ ਹੈ ਉਹ ਉਹਨੂੰ ਅਸੀਂ ਸੋਲਵ ਕਰ ਸਕੀਏ। ਸਰ ਜਿਹੜੀ ਕਿਸ਼ਤੀ ਦੀ ਗੱਲ ਕੀਤੀ ਆ, ਉਹ ਕਿਸ਼ਤੀ ਦੇ ਵਿੱਚ ਰੇਤਾ ਨਹੀਂ ਲੈ ਕੇ ਜਾਂਦੇ, ਕਿਸ਼ਤੀ ਦੇ ਦੁਆਰਾ ਉੱਥੇ ਮੋਟਰ ਲਾ ਕੇ ਰੇਤਾ ਵੱਡੇ ਸਕੇਲ ਦੇ ਉੱਤੇ ਮਾਈਨਿੰਗ। ਦੇਖੋ ਇਸ ਵੇਲੇ ਮੈਂ ਮੀਡੀਆ ਨੂੰ ਵੀ ਰਿਕੁਐਸਟ ਇਹੀ ਕਰਦਾ ਹਾਂ ਕਿ ਸਾਨੂੰ ਰਿਸਪੋਂਸੀਬਿਲਟੀ ਦੇਖਣਾ ਚਾਹੀਦਾ ਕਿ ਕਿਹੜੇ ਇਸ਼ੂ ਕਿਸ ਟਾਈਮ ਤੇ ਕਿੰਨਾ ਇੰਪੋਰਟੈਂਟ ਹੈ। ਇਸ ਵੇਲੇ ਸਾਡੇ ਵਾਸਤੇ ਲੋਕਾਂ ਦੀ ਜਾਨ ਬਚਾਉਣਾ ਇੰਪੋਰਟੈਂਟ ਹੈ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸੂਬੇ 'ਚ ਹੜ੍ਹ ਵਰਗੇ ਹਾਲਾਤ ਨੇ ਤੇ ਕਈ ਪਿੰਡ ਤਾਂ ਪੂਰੀ ਤਰ੍ਹਾਂ ਪਾਣੀ ਦੀ ਮਾਰ ਥੱਲੇ ਨੇ, ਜਿਸ ਕਾਰਨ ਲੋਕਾਂ ਵੱਲੋਂ ਪਿੰਡਾਂ 'ਚ ਆ ਰਹੇ ਪਾਣੀ ਦਾ ਕਾਰਨ ਨਜਾਇਜ਼ ਮਾਈਨਿੰਗ ਨੂੰ ਦੱਸਿਆ ਜਾ ਰਿਹਾ ਤੇ ਸਰਕਾਰ ਤੋਂ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਰੋਪੜ ਤੋਂ ਮਨਜੀਤ ਸਿੰਘ ਦੀ ਰਿਪੋਰਟ, ਦੈਨਿਕ ਸਵੇਰਾ ਟੀਵੀ। हेलो एवरीवन, माय नेम इज देवा सेठी, आई एम फ्रॉम फगवाड़ा और मैं 25 साल की हूँ। वन ऑफ माय फ्रेंड फ्रॉम जलंधर, उन्होंने मुझे बॉडी फैट के बारे में बताया। सिर्फ 3 महीने यहाँ पे स्पेंड करने के बाद मैंने टोटल वेट लॉस यहाँ पे 16 kg किया है और मेरा इंच लॉस भी 70+ किया है। आई वुड लाइक टू से प्लीज कम हेयर फॉर अ हेल्दी वेट लॉस एंड यू विल सी द रिजल्ट। थैंक यू सो मच।